ਦੋਸਤੋ ਕੁਝ ਟਾਈਮ ਪਹਿਲਾਂ ਫਤੇਵੀਰ ਨਾਮ ਦਾ ਇੱਕ ਡੇਢ ਸਾਲ ਦਾ ਬੱਚਾ 150 ਫੁੱਟ ਡੂੰਘੇ ਬੋਰਵੈਲ ਵਿੱਚ ਜੜ ਗਿਆ ਸੀ ਉਸ ਟਾਈਮ ਦੁਨੀਆਂ ਦੇ ਹਰ ਇਨਸਾਨ ਨੇ ਇਹ ਅਰਦਾਸ ਕੀਤੀ ਸੀ ਕਿ ਇਹ ਬੱਚਾ ਕਿਵੇਂ ਨਾ ਕਿਵੇਂ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਬੱਚੇ ਨੂੰ ਮ੍ਰਿਤਕ ਹਾਲਤ ਦੇ ਵਿੱਚ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਸ ਤੋਂ ਬਾਅਦ ਹਰੇਕ ਇਨਸਾਨ ਨੇ ਇਹ ਹੀ ਅਰਦਾਸ ਕੀਤੀ ਕਿ ਇਸ ਪਰਿਵਾਰ ਦੇ ਵਿੱਚ ਦੁਬਾਰਾ ਇੱਕ ਬੱਚੇ ਦਾ ਜਨਮ ਹੋਵੇ ਤੇ ਦੋਸਤੋ ਸ਼ਾਇਦ ਦੁਨੀਆ ਦੀਆਂ ਕੀਤੀਆਂ ਅਰਦਾਸਾਂ ਹੁਣ ਪੂਰੀਆਂ ਹੋ ਗਈਆਂ ਕਿਉਂਕਿ ਫਤੇਵੀਰ ਦੇ ਘਰ ਉਹਨਾਂ ਦੇ ਮਾਪਿਆਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਤੇ ਉਹਨਾਂ ਨੇ ਲਿਖਿਆ ਕਿ ਸਾਨੂੰ ਪ੍ਰਮਾਤਮਾ ਨੇ ਸਾਡਾ ਫਤੇਵੀਰ ਵਾਪਸ ਕਰ ਦਿੱਤਾ ਸੋ ਦੋਸਤੋ ਇਹ ਫੋਟੋ سوشل میڈیا ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਤੇ ਲੋਕ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਆ ਕਿ ਪ੍ਰਮਾਤਮਾ ਨੇ ਇਸ ਪਰਿਵਾਰ ਦੀ ਅਰਦਾਸ ਨੂੰ ਲੱਖਾਂ ਦਿਲਾਂ ਦੀ ਅਰਦਾਸ ਨੂੰ ਅੱਜ ਪੂਰਾ ਕਰ ਲਿਆ ਇਸ ਪਰਿਵਾਰ ਨੂੰ ਫਤੇ ਵੀਰ ਦੇ ਰੂਪ ਦੇ ਵਿੱਚ ਇੱਕ ਹੋਰ ਪੁੱਤ ਦੀ ਦਾਤ ਬਖਸ਼ੀਆ ਪ੍ਰਮਾਤਮਾ ਕਰੇ ਕਿ ਉਹਨਾਂ ਦੇ ਇਸ ਪੁੱਤ ਦੀ ਉਮਰ ਬਹੁਤ ਜ਼ਿਆਦਾ ਲੰਬੀ ਹੋਵੇ ਦੋਸਤੋ ਤੁਸੀਂ ਇਸ ਪਰਿਵਾਰ ਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਵਧਾਈਆਂ ਦਿਓ ਕਿਉਂਕਿ ਪਰਿਵਾਰ ਦੇ ਲਈ ਇਸ ਟਾਈਮ ਸਭ ਤੋਂ ਵੱਡਾ ਖੁਸ਼ੀ ਦਾ ਟਾਈਮ ਆ ਸੋ ਦੋਸਤੋ ਫਤੇ ਵੀਰ ਦੇ ਲਈ ਇੱਕ ਲਾਈਕ ਜ਼ਰੂਰ ਕਰਨਾ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਤੇਰਾ ਸ਼ੁਕਰ ਹੈ ਜ਼ਰੂਰ ਲਿਖਣਾ ਥੈਂਕ ਯੂ ਸੋ ਮੱਚ